मुख्यमंत्री पंजाब भगवंत सिंह मान की ओर से नौजवानों को नशे से दूर करने व जागरूक करने के लिए चलाई गई मुहिम स्वस्थ पंजाब के तहत जेके फिटनेस क्लब 120 फुटी रोड जालंधर की ओर से जिम कोच मलकीत सिंह की देखरेख में बेंच प्रेस मुकाबले करवाए गए। ये मुकाबले अलग अलग भार वर्ग में करवाए गए जिसमें नौजवानों ने बढ़ चढ़कर भाग लेकर अपना शारीरिक दमखम दिखाया। इस कॉम्पिटिशन में 55 से 60 किलो भार वर्ग में राजू पहले, अजय दूसरे, राहुल तीसरे, 70 से 75 किलो भार वर्ग में निखिल पहले, सैंडी दूसरे, प्रिंस सिंह तीसरे, 75 से 80 किलो भार वर्ग में जानू सिद्धू पहले, अमित सिद्धू दूसरे, विशाल ईश्वर तीसरे, 80 से 85 किलो भार वर्ग में एमी पहले, अंश दूसरे, राजीव तीसरे और ओपन भार वर्ग में गोलू पहले, साबी दूसरे और एमी तीसरे स्थान पर रहे। अंत में जिम कोच मलकीत सिंह की ओर से विजेता रहे प्रतिभागियों को विशेष रूप से सम्मानित कर उनकी हौसला अफजाई भी की गई और नौजवानों को नशे से दूर रहकर अपने स्वास्थ्य के प्रति ध्यान देने के लिए जागरूक भी किया गया। इस मौके पर विक्रम, प्रिंस सुरेंद्र, मणि चड्डा, सुरेंद्र पपनेजा, विकी सहित अन्य सदस्यगण भी मौजूद रहे। जालंधर से हलचल के लिए कैमरामैन नवीन के साथ खुशदीप सेठी की रिपोर्ट। ਅੱਜ ਜੇਕੇ ਫਿਟਨੈਸ ਕਲੱਬ ਵੱਲੋਂ ਅੱਜ ਬੈਂਚ ਪ੍ਰੈਸ ਦਾ ਕੰਪੀਟੀਸ਼ਨ ਕਰਾਇਆ ਗਿਆ ਜਿਹੜਾ ਕਿ ਬਹੁਤ ਹੀ ਵਧੀਆ ਅਤੇ ਬਹੁਤ ਹੀ ਜ਼ਿਆਦਾ ਦੋਸਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ ਅਤੇ ਕਾਫੀ ਨੌਜਵਾਨਾਂ ਨੂੰ ਮੋਟੀਵੇਟ ਵੀ ਕੀਤਾ। ਸਾਡੇ ਮਲਕੀਤ ਭਾਜੀ ਹੈਗੇ ਇਹਨਾਂ ਦੇ ਜਿਮ ਦੇ ਅਤੇ ਇਹਨਾਂ ਨੇ ਕਾਫੀ ਜਣਿਆਂ ਨੂੰ ਸਾਰੇ ਇਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਇਹ ਕਰਵਾਇਆ ਅਤੇ ਕਾਫੀ ਜਣਿਆਂ ਵੱਧ ਚੜ੍ਹ ਕੇ ਭਾਗ ਲਿੱਤਾ ਅਤੇ ਜਿਮ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਹਾਂ ਕਿ ਜੇ ਤੁਸੀਂ ਜਿਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਓ ਤਾਂ ਕਿ ਤੁਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿੱਚ ਦੂਰ ਰਹੋ ਅਤੇ ਆਪਣੇ ਆਪਣੀ ਬੋਡੀ ਦੇ ਵਿੱਚ ਆਪਣੇ ਆਪਣੇ ਜਿਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲਓ। ਮਲਕੀਤ ਭਾਈ ਉਹਨਾਂ ਨੇ ਅੱਜ ਕੰਪੀਟੀਸ਼ਨ ਕਰਾਇਆ ਜੇਕੇ ਫਿਟਨੈਸ ਵੱਲੋਂ ਜਿਨ੍ਹਾਂ ਵਿੱਚ ਬਹੁਤ ਵਧੀਆ ਮੁੰਡਿਆਂ ਨੇ ਪ੍ਰਦਰਸ਼ਨ ਕੀਤਾ, ਠੀਕ ਹੈ ਨਾ, ਅਤੇ ਉਹ ਪ੍ਰਦਰਸ਼ਨ ਇਹ ਦਰਸਾਉਂਦਾ ਕਿ ਸਾਰੇ ਨਸ਼ਿਆਂ ਤੋਂ ਦੂਰ ਰਹੋ। ਅਤੇ ਭਾਅ ਜੀ ਮਲਕੀਤ ਭਾਅ ਜੀ ਐਵਰੀ ਟਾਈਮ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਅਤੇ ਆਪਣੇ ਹਰ ਪੇਜ ਦੇ ਰਾਹੀਂ ਹਰ ਕਿਸੇ ਨੂੰ ਮੋਟੀਵੇਸ਼ਨ ਕਰਦੇ ਰਹਿੰਦੇ ਆ ਅਤੇ ਕਿ ਆਪਣੇ ਵਧੀਆ ਜਿੰਮ ਲਾਓ ਅਤੇ ਜਿੰਮ ਦੇ ਵਿੱਚ ਆ ਕੇ ਆਪਣਾ ਵਧੀਆ ਪਰਫੈਕਟ ਬੈਸਟ ਦਿਵੋ। ਇੱਦਾਂ ਹੀ ਹੁਣ ਮਲਕੀਤ ਭਾਅ ਜੀ ਨੇ ਉਪਰਾਲਾ ਕੀਤਾ ਕਿ ਹਰ 3 ਮਹੀਨਿਆਂ ਬਾਅਦ ਅਸੀਂ ਕੁਝ ਨਾ ਕੁਝ ਇੱਦਾਂ ਦੀ ਐਕਟੀਵਿਟੀ ਕਰਾਉਂਦੇ ਰਹਾਂਗੇ ਜਿਨ੍ਹਾਂ ਨੂੰ ਆਪਣੇ ਮੁੰਡਿਆਂ ਨੂੰ ਵਧੀਆ ਮੋਟੀਵੇਸ਼ਨ ਮਿਲੇ ਅਤੇ ਵਧੀਆ ਜੋਸ਼ ਮਿਲੇ। ਅਤੇ ਮੈਂ ਧੰਨਵਾਦ ਕਰਦਾ ਤੁਹਾਡਾ ਪ੍ਰੈਸ ਟੀਮ ਦਾ ਕਿ ਜਿਹੜਾ ਤੁਸੀਂ ਇੱਥੇ ਆਏ ਹੋ, ਸਾਨੂੰ ਥੋੜ੍ਹਾ ਜਿਹਾ ਸਮਾਂ ਦਿੱਤਾ, ਧੰਨਵਾਦ ਜੀ। ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਨਸ਼ੇ ਛੱਡ ਕੇ ਵੱਧ ਤੋਂ ਵੱਧ ਆਪਣੀ ਸਿਹਤ ਵੱਲ ਧਿਆਨ ਦਿਓ ਔਰ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਤਾਂ ਜਿੰਮ ਜਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਵਰਕਆਊਟ ਕਰੋ, ਕਿਸੇ ਵੀ ਤਰੀਕੇ ਦੀ ਐਕਸਰਸਾਈਜ਼ ਕਰੋ ਜਿਹਦੇ ਨਾਲ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ। ਅਸੀਂ ਅੱਜ ਜਿੰਮ ਦੇ ਵਿੱਚ ਕੰਪੀਟੀਸ਼ਨ ਕਰਵਾਇਆ, ਅੱਗਿਓਂ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਕਰਵਾਉਂਦੇ ਰਹਾਂਗੇ। ਸਾਡੇ ਮੁੰਡੇ ਜਿੰਨੇ ਵੀ ਜਿੰਮ ਦੇ ਹੈਗੇ ਨੇ ਬੜੀ ਨਾਲ ਸਪੋਰਟ ਕਰਦੇ ਨੇ, ਨਾਲ ਆ ਕੇ ਸਾਰਾ ਪੂਰਾ ਹਿੰਸਾ ਹਿਸਾਬ ਰੱਖਦੇ ਨੇ। ਸਾਰਿਆਂ ਨੂੰ ਮੈਂ ਇਹੀ ਚਾਹੁੰਦਾ ਕਿ ਆਪਣਾ ਤੁਸੀਂ ਨਸ਼ਿਆਂ ਤੋਂ ਦੂਰ ਹੋ ਗਏ, ਵੱਧ ਤੋਂ ਵੱਧ ਆਪਣੇ ਬੈਂਚ ਪ੍ਰੈਸ, ਸ਼ੋਲਡਰ ਪ੍ਰੈਸ, ਡੈਡ ਲਿਫਟ ਜਿਹੜਾ ਵੀ ਚਾਹੇ ਹੋਏ ਆਪਾਂ ਨੈਕਸਟ ਟਾਈਮ ਉਹ ਵੀ ਕਰਾਵਾਂਗੇ ਕੰਪੀਟੀਸ਼ਨ।